दर्शन देख जीवा गुर तेरा, दर्शन देख जीवा गुर तेरा, पूरन करम होए रब मेरा, दर्शन दे दर्शन दे ए बेनंती सुन प्राप में, ए बेनंती सुन प्राप में, देह नाम कर अपने चे, देह नाम कर अपने चे, देह नाम कर अपने चे, दर्शन देख जीवा गुर तेरा, दर्शन देख जीवा गुर तेरा, पूरन करम होए रब अपनी शरण राख प्राप दाते, अपनी शरण राख प्राप दाते, गुर प्रसाद कीने बिरले जाते, गुर प्रसाद कीने प्रसाद किने मिले जाते, दर्शन देख जीवा गुर तेरा, दर्शन देख जीवा गुर तेरा, सुनो बिनो प्रभ मेरे मीता, सुनो बिनो प्रभ मेरे मीता, चरण कमल बसे मेरे जीता, चरण कमल चरण कमल बसे मेरे चीता, दर्शन देख जीवा गुर तेरा, दर्शन देख जीवा गुर तेरा, पूरन करम होए रब मेरा, दर्शन thank you.
ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਲੱਖ 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 ਵਧਾਈਆਂ। ਆਓ ਸਮਾ ਸਿੰਤਰੀ ਕਵਿਤਾ ਹੀ ਕਹਿਣ ਲੱਗੇ ਢਾਡੀ ਜਥਾ। ਗੁਰਬਾਣੀ ਦਾ ਫਰਮਾਨ ਹੈ ਸਾਧਕੀ ਮਹਿਮਾ ਊਚ ਤੇ ਉੱਚੀ, ਸਾਧਕੀ ਮਹਿਮਾ ਮੂਚ ਤੇ ਮੋਚੀ। ਸਾਧਕੀ ਮਹਿਮਾ ਕਥੀ ਨਹੀਂ ਜਾ ਸਕਦੀ, ਚੰਦਕ ਲੈਣਾ ਢਾਡੀ ਜਥਾ ਇੰਜ ਪੇਸ਼ ਕਰ ਰਿਹਾ। ਸਰਦਾਰ ਸੁਣੀ ਪਾਗ ਬਨ ਸੀਸ ਦੇ
ਹਰ ਦੰਦੇ ਸੂਰ ਮੇਰਾ ਘਰ ਘਰ ਜੰਮਦੇ ਦੁਨੀਆ ਦੇ ਵਿੱਚ ਜਾਣੋ ਏਹੀ ਬੰਦੇ ਕੰਮ ਦੇ ਹਰ ਦੰਦੇ ਸੂਰ ਮੇਰਾ ਘਰ ਘਰ ਜੰਮਦੇ ਦੁਨੀਆ ਦੇ ਵਿੱਚ ਜਾਣੋ ਏਹੀ ਬੰਦੇ ਕੰਮ ਦੇ ਬਿਨਾ ਪੱਗ ਤੋਂ ਆ ਬੰਦਾ ਬੇਕਾਰ ਬਿਨਾ ਪੱਗ ਤੋਂ ਆ ਬੰਦਾ ਬੇਕਾਰ ਸੁਣੀ ਪੱਗ ਬੰਨ ਸੀਸ ਦੇ ਸੁਣੀ ਪੱਗ ਬੰਨ ਸੀਸ ਦੇ ਸੋਹਣੇ ਸੋਹਣੇ ਮੁਖੜੇ ਦਾ ਪੱਗ ਹੀ ਸੰਗਾਰਿਆ ਬੰਨ ਕੇ ਤੇ ਪੱਗ ਫੋਟੋ ਦੇਖ ਤੂੰ ਉਤਾਰਿਆ ਸੋਹਣੇ ਸੋਹਣੇ ਮੁਖੜੇ ਦਾ ਪੱਗ ਹੀ ਸੰਗਾਰਿਆ ਪੱਗ ਕੇ ਪੱਗ ਫੋਟੋ ਦੇਖ ਤੂੰ ਉਤਾਰਿਆ ਬੜੀ ਸੋਹਣੀ ਲੱਗੇ ਚਿਹਰੇ ਦੀ ਨਿਹਾਰ ਬੜੀ ਸੋਹਣੀ ਲੱਗੇ ਚਿਹਰੇ ਦੀ ਨਿਹਾਰ ਸੋਹਣੀ ਪੱਗ ਬੰਨ ਸੀਸ ਤੇ ਸੋਹਣੀ ਪੱਗ ਬੰਨ ਸੀਸ ਤੇ ਤੈਨੂੰ ਸਾਰੇ ਤੈਨੂੰ ਸਾਰੇ ਹੀ ਕਹਿਣ ਸਰਦਾਰ ਸੋਹਣੀ ਪੱਗ ਬੰਨ ਸੀਸ ਤੇ ਸੋਹਣੀ ਪੱਗ ਬੰਨ ਸੀਸ ਤੇ ਮਾਰਦੇ ਜਨੌਰਿਆ ਨਾਲ ਬਣੀ ਧੁੱਪ ਨਾਲ ਚੜਦਾ ਬੁਖਾਰ ਤੱਪੇ ਧੁੱਪ ਨਾਲ ਚੜਦਾ ਬੁਖਾਰ ਸੋਹਣੀ ਪੱਗ ਬੰਨ ਸੀਸ ਤੇ ਸੋਹਣੀ ਪੱਗ ਬੰਨ ਸੀਸ ਤੇ ਤੈਨੂੰ ਸਾਰੇ ਹੀ ਕਹਿਣ ਸਰਦਾਰ ਤੈਨੂੰ ਸਾਰੇ ਹੀ ਕਹਿਣ ਸਰਦਾਰ ਸੋਹਣੀ ਪੱਗ ਬੰਨ ਸੀਸ ਤੇ ਪੱਗ ਵਾਲੀ ਗੱਲ ਕੋਈ ਜਾਣਨਾ ਆਸਾਨੀ ਹੈ ਪੱਗ ਦੇ ਉਪਰੇ ਹੋਈ ਵੱਡੀ ਕੁਰਬਾਨੀ ਹੈ ਪੱਗ ਵਾਲੀ ਗੱਲ ਕੋਈ ਜਾਣਨਾ ਆਸਾਨੀ ਹੈ ਪੱਗ ਦੇ ਉਪਰ ਹੋਈ ਵੱਡੀ ਕੁਰਬਾਨੀ ਹੈ ਪਰ ਪੱਗ ਦੇ ਗੁਰੂ ਨੇ ਪਰਿਵਾਰ ਪਰ ਪੱਗ ਦੇ ਗੁਰੂ ਨੇ ਪਰਿਵਾਰ ਸੋਹਣੀ ਪੱਗ ਬੰਨ ਸੀਸ ਤੇ ਸੋਹਣੀ ਪੱਗ ਬੰਨ ਸੀਸ ਤੇ ਤੈਨੂੰ ਸਾਰੇ ਹੀ ਕਹਿਣ ਸਰਦਾਰ ਤੈਨੂੰ ਸਾਰੇ ਹੀ ਕਹਿਣ ਸਰਦਾਰ ਸੋਹਣੀ ਪੱਗ ਬੰਨ ਸੀਸ ਤੇ ਸੋਹਣੀ ਪੱਗ ਬੰਨ ਸੀਸ ਤੇ ਪੱਗ ਦੇ ਨਾਲ ਪੂਰੀ ਸਿੱਖ ਦੀ ਪਛਾਣ ਹੈ ਪੱਗ ਦੇ ਉੱਪਰ ਸਾਨੂੰ ਬੜਾ ਮਾਣ ਤਾਣ ਹੈ ਪੱਗ ਦੇ ਨਾਲ ਸਾਰੀ ਵਚਨ ਦੀ ਪਛਾਣ ਹੈ ਪੱਗ ਦੇ ਚੋਰੜਾ ਵਿੱਚ ਤਾਰਿਆ ਅਵਤਾਰ ਵਿੱਚ ਖੰਡ ਬ੍ਰਹਿਮੰਡਾ ਦੇ ਖੰਡ ਬ੍ਰਹਿਮੰਡਾ ਦੇ ਸਾਰੇ ਹੋਵੇ ਜੇ ਜੈਕਾਰ ਪਿਓ ਹੈ ਖੁਸ਼ ਹੋਏ ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ ਵਿੱਚ ਪਿੰਡ ਚੋਰੜਾ ਦੇ ਮਾਲਕ ਦੀਨ ਤੁੜੀ ਦਾ ਆਇਆ ਵਿੱਚ ਪਿੰਡ ਚੋਰੜਾ ਹੈ ਇੱਥੋਂ ਜੋਤ ਜ
जगी जिसदा चानन सारे होया सोने सच दे सूरज ने सोने सच दे सूरज ने सारे जग चो नेर पलोया ਸਿੱਧਕ ਵਿੱਚ ਪੂਰੇ ਵਿੱਚ ਕਰਨੀ ਕਮਾਈ ਦੇ ਲੰਘ ਗਏ ਸਪਨਾ ਨਾਲੋਂ ਮੂਰੇ ਵਿੱਚ ਕਰਨੀ ਕਮਾਈ ਦੇ ਲੰਘ ਗਏ ਸਪਨਾ ਨਾਲੋਂ ਮੂਰੇ ਕਵਿਸ਼ਰ ਜੱਥਾ ਹੈ ਇੱਕ ਕਵਿਤਾ 5-7 ਮਿੰਟਾਂ ਵਿੱਚ ਕਹਿਣਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਪੂਰਿਆਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਆ ਆਉਣਾ ਉਹਨਾਂ ਦਾ ਜੱਗ ਤੇ ਸਫਲ ਹੁੰਦਾ ਜਿਹੜੇ ਆ ਕੇ ਕਿਸੇ ਦਾ ਕੁਝ ਸਵਾਰ ਜਾਂਦੇ ਦੁਨੀਆ ਮਰਦੀ ਮਾਰਦੀ ਪੈਸੇ ਖਾਤਰ ਪਰ ਸੰਤ ਅੰਦਰੋਂ ਵਕਾਰਾਂ ਨੂੰ ਮਾਰ ਜਾਂਦੇ ਭਵ ਸਾਗਰ ਨੂੰ ਤਰਨਾ ਬਹੁਤ ਔਖਾ ਦੇ ਕੇ ਜੁਗਤੀ ਸੰਤ ਨੇ ਤਾਰ ਜਾਂਦੇ ਆਪ ਸ਼ਾਂਤੀ ਦੇ ਜੀਵਨ ਹੋਣ ਸੋਮੇ ਤੇ ਤਪਦੇ ਦਿਲਾਂ ਨੂੰ ਸੰਤ ਨੇ ਠਾਰ ਜਾਂਦੇ ਆਓ ਪੂਰਨ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਂ ਵਾਲਿਆਂ ਮਹਾਂਪੁਰਖਾਂ ਦੇ ਉੱਚੇ ਸੁੱਚੇ ਨਾਮ ਸਿਮਰਨ ਵਾਲੇ ਉਸ ਪਾਵਨ ਪਵਿੱਤਰ ਜੀਵਨ ਪ੍ਰਥਾਏ 4 ਸਤਰਾਂ ਮੇਰੇ ਸਾਥੀ ਭਾਈ ਪਲਵਿੰਦਰ ਸਿੰਘ ਬਦਨੀ ਕਲਾਂ ਔਰ ਸਾਥੀ ਭਾਈ ਸਵਰਨ ਸਿੰਘ ਜਿਹੜੇ ਬਾਬਾ ਘਾਲਾ ਸਿੰਘ ਜੀ ਮਹਾਂਪੁਰਖਾਂ ਦੇ ਚਰਨ ਸੇਵਕ ਸਤਿਕਾਰਯੋਗ ਜਥੇਦਾਰ ਭਾਈ ਮਹਿੰਦਰਪਾਲ ਸਿੰਘ ਜੀ ਕਨੇਡਾ ਨਿਵਾਸੀ ਰੋਡਿਆਂ ਵਾਲਿਆਂ ਦੇ ਭਤੀਜੇ ਅਰਦਾਸ ਜਗਜੀਵਨ ਸਿੰਘ ਜੀਵਨ ਰੋਡਿਆਂ ਵਾਲਿਆਂ ਦੇ ਨਿਮਾਣੇ ਜਿਹੇ ਕਵਿਸ਼ਰੀ ਜਥੇ
ਵੱਲੋਂ ਪੂਰਿਆਂ ਦੇ ਸਤਿਕਾਰ ਪ੍ਰਥਾਈ ਚਾਰ ਸਤਰਾਂ ਕਵਿਤਾ ਰਾਹੀਂ ਬੇਨਤੀ ਦੇਖਾਂ ਭਲਾ ਹੈ ਇਉਂ ਕੀਤੇ ਜਾ ਰਹੇ। ਆਇਆ ਰੂਪ ਅਕਾਲ ਦਾ ਬਣ ਜੋਤ ਅਲਾਹੀ ਤਪਦੇ ਹਿਰਦੇ ਠਾਰਦਾ ਸਭ ਜਗ ਦਾ ਮਾਹੀ ਹਾਂਜੀ ਮਾਹੀ ਜਗ ਤੇ ਕਰ ਉਪਕਾਰ ਗਏ ਈਸ਼ਰ ਸਿੰਘ ਬਾਬੇ ਜਗਤ ਦੇ ਲੰਡਾ ਤਾਰ ਗਏ ਈਸ਼ਰ ਸਿੰਘ ਬਾਬੇ ਹਾਂਜੀ ਬਾਬੇ ਆਇਆ ਰੂਪ ਅਕਾਲ ਦਾ ਬਣ ਜੋਤ ਅਲਾਹੀ ਤਪਦੇ ਹਿਰਦੇ ਠਾਰਦਾ ਸਭ ਜਗ ਦਾ ਮਾਹੀ ਹਾਂਜੀ ਮਾਹੀ ਜਗ ਤੇ ਕਰ ਉਪਕਾਰ ਗਏ ਈਸ਼ਰ ਸਿੰਘ ਬਾਬੇ ਜਗਤ ਜਲੰਦਾ ਤਾਰ ਗਏ ਈਸ਼ਰ ਸਿੰਘ ਬਾਬੇ ਹਾਂਜੀ ਬਾਬੇ ਧੰਨ ਝੋਰੜਾ ਪਿੰਡ ਦੀ ਹੈ ਪਾਵਨ ਧਰਤੀ ਜੋਤ ਅਗੰਮੀ ਜਿਸ ਨੇ ਹੈ ਪ੍ਰਗਟ ਕਰਤੀ ਹਾਂਜੀ ਪ੍ਰਗਟ ਕਰਤੀ ਭਵ ਸਾਗਰ ਕਰ ਪਾਰ ਗਏ ਈਸ਼ਰ ਸਿੰਘ ਬਾਬੇ ਜਗਤ ਜਲੰਦਾ ਤਾਰ ਦੇ ਈਸ਼ਰ ਸਿੰਘ ਬਾਬੇ ਹਾਂਜੀ ਬਾਬੇ ਆਪਣ ਵਾਂਗ ਅੰਗਿਆਰ ਜੇ ਸੰਤ ਜਗ ਨ ਆਉਂਦੇ ਜਲ ਮਰਤਾ ਸੰਸਾਰ ਸੰਤ ਜੇ ਜਗ ਨ ਆਉਂਦੇ ਸੰਤ ਜਗ ਨ ਆਉਂਦੇ ਉਹ ਤਪਦੇ ਹਿਰਦੇ ਠਾਰ ਗਏ ਤਪਦੇ ਹਿਰਦੇ ਠਾਰ ਗਏ ਈਸ਼ਰ ਸਿੰਘ ਬਾਬੇ ਜਗਤ ਜਲੰਦਾ ਤਾਰ ਗਏ ਈਸ਼ਰ ਸਿੰਘ ਬਾਬੇ ਹਾਂਜੀ ਬਾਬੇ ਸ੍ਰਿਸ਼ਟੀ ਸੀਸ ਨ ਮਾਮ ਦੀ ਮਾਲਕ ਬ੍ਰਹਿਮੰਡ ਦੇ ਚਾਰ ਪਦਾਰਥ ਦੇਖ ਲੇ ਰਸਨਾ ਤੋਂ ਵੰਡ ਦੇ ਹਾਂਜੀ ਵੰਡ ਦੇ ਉਹ ਰੂਪ ਆਪਣਾ ਧਾਰ ਗਏ ਈਸ਼ਰ ਸਿੰਘ ਬਾਬੇ ਜਗਤ ਜਲੰਦਾ ਤਾਰ ਗਏ ਈਸ਼ਰ ਸਿੰਘ ਬਾਬੇ ਹਾਂਜੀ ਬਾਬੇ ਕਲਾ ਤਾਂ ਨਰੈਣ ਜਗਤ ਅੰਦਰ ਪਰਵਰਿਓ ਨਰੈਣ ਸਿੰਘ ਨੂੰ ਮਾਣੋ ਕੇ ਸੀ ਪ੍ਰਗਟ ਕਰਿਓ ਹਾਂਜੀ ਪ੍ਰਗਟ ਕਰਿਓ ਓ ਜਗ ਤੇ ਕਾਜ ਸਵਾਰ ਗਏ ਈਸ਼ਰ ਸਿੰਘ ਬਾਬੇ ਓ ਜਗ ਤੇ ਕਾਜ ਸਵਾਰ ਗਏ ਈਸ਼ਰ ਸਿੰਘ ਬਾਬੇ ਜਗਤ ਜਲੰਦਾ ਤਾਰ ਗਏ ਈਸ਼ਰ ਸਿੰਘ ਬਾਬੇ ਹਾਂਜੀ ਬਾਬੇ ਰਹਿਣ ਨਰੈਣ ਬੋਲਤੇ ਬੋ ਨਰਕ ਨ ਜਾਈ ਕਾਲਾ ਜੀ ਨੂੰ ਬਖਸ਼ ਗਏ ਡਿਊਟੀ ਦਰਗਾਹੀ ਹਾਂਜੀ ਡਿਊਟੀ ਦਰਗਾਹੀ ਸੋਮਨਾਥ ਸ਼ਬਦ ਉਚਾਰ ਗਏ ਈਸ਼ਰ ਸਿੰਘ ਬਾਬੇ ਜਗਤ ਜਲੰਦਾ ਤਾਰ ਗਏ ਈਸ਼ਰ ਸਿੰਘ ਬਾਬੇ ਹਾਂਜੀ ਬਾਬੇ ਸੋ ਆਓ ਇੱਕ ਕਵਿਤਾ ਲੈ ਕੇ ਹਾਜ਼ਰ ਨੇ ਗਿਆਨੀ ਭਗਵੰਤ ਸਿੰਘ ਜੀ ਦੀਵਾਨਾ ਤੇ ਉਹਨਾਂ ਦਾ ਵਾਹਵਾ ਹਾਹਾਕਾਰ ਨਾਲ ਜੁੜਦੇ ਅੱਖਰ ਜਦੋਂ ਵਾਹਿਗੁਰੂ ਸ਼ਬਦ ਨਾਲ ਜੁੜਦਾ ਧਿਆਨ ਜੀ ਚਾਰ ਯੁੱਗਾਂ ਵਿੱਚੋਂ ਚਾਰ ਹੀ ਅੱਖਰ ਲੈ ਕੇ ਚਾਰ ਯੁੱਗਾਂ ਵਿੱਚੋਂ ਚਾਰ ਹੀ ਅੱਖਰ ਲੈ ਕੇ ਗੁਰੂ ਜੀ ਦੀ ਫਤਿਹ ਨੂੰ ਬੁਲਾਈਏ ਨਾਲ ਮਾਣ ਜੀ ਚਾਰ ਵਾਰ ਵਾਹਿਗੁਰੂ ਦਾ ਜਾਪ ਹੁੰਦਾ ਖਾਲਸਾ ਜੀ ਸਿੱਖ ਜਦੋਂ ਸਿੱਖ ਤਾਈ ਫਤਿਹ ਨੂੰ ਬੁਲਾਉਣ ਜੀ ਬਾਜਾਂ ਵਾਲੇ ਗੁਰੂ ਦੀ ਹੈ ਬਖਸ਼ੀ ਹੋਈ ਫਤਿਹ ਸਾਨੂੰ ਪਹਿਲੀ ਵਾਰ ਗੜੀ ਕੇਸਗੜ੍ਹ ਦੇ ਮੈਦਾਨ ਜੀ ਪਿੰਡ ਚੱਕ ਭਾਈਕੇ ਦੇ ਵਾਲੇ ਗੁਰਦੀਪ ਵੱਲੋਂ ਖਾਲਸਾ ਬੁਲਾਈ ਫਤਿਹ ਕਰੋ ਪ੍ਰਵਾਨ ਜੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਮਹਾਤਮਾ ਦਾ ਵਾਸਾ ਜਿੱਥੇ ਹੋ ਜਾਵੇ ਬਣ ਜਾਂਦੀ ਧਰਤੀ ਉਹ ਤੀਰਥਾਂ ਦੇ ਤੁਲ ਜੀ ਅੰਮ੍ਰਿਤ ਨਾਮ ਵਾਲੀ ਵਰਖਾ ਤਾਂ ਹੁੰਦੀ ਰਹੇ ਲੋਕੀ ਵਖਸਾਉਂਦੇ ਰਹਿੰਦੇ ਇੱਥੇ ਆ ਕੇ ਭੁੱਲ ਜੀ ਮਾਨ ਸਨਮਾਨ ਮਿਲੇ ਇੱਕੋ ਜਿਹਾ ਸਾਰਿਆਂ ਨੂੰ ਗਲੇ ਲਾਏ ਜਾਂਦੇ ਜਿਹੜੇ ਜੀਵ ਰਹੇ ਤੁਲ ਜੀ ਬੇੜਾ ਪਾਰ ਲਾਉਂਦੇ ਭਵ ਸਾਗਰ ਚੋਂ ਸਾਧੂ ਜਾਨਾ ਬੇੜਾ ਪਾਰ ਲਾਉਂਦੇ
ਭਵ ਸਾਗਰ ਚੋਂ ਸਾਧੂ ਜਨ ਸੇਖੋ ਹੈ ਨਿਭਾਉਂਦੇ ਸੀ ਇੱਥੇ ਆ ਕੇ ਕੁੱਲ ਜੀ ਸੰਤਾਂ ਮਹਾਂਪੁਰਖਾਂ ਦੀ ਪਵਿੱਤਰ ਭੂਮੀ ਨੂੰ ਆਪਾਂ ਨਮਸਕਾਰ ਕਰਦੇ ਹੋਏ ਸਾਡੇ ਵੱਲੋਂ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੀਰਥ ਬਣ ਜਾਂਦੇ ਨੇ ਜਿੱਥੇ ਸੰਤ ਚਰਨ ਨੇ ਧਰਦੇ ਸੰਤਾਂ ਮਹਾਂਪੁਰਖਾਂ ਦੀ ਮਹਿਮਾ ਨੂੰ ਢਾਡੀ ਜੱਥਾ ਤੁਹਾਡੇ ਸਾਹਮਣੇ ਇਉਂ ਬਿਆਨ ਕਰਦਾ ਵਾ। ਆਪਣੀ ਬੁੱਕਲ ਜੋ ਰੱਬ ਨੂੰ ਲੱਭ ਸਕਦਾ ਸਬਰ ਸਿਰਖ ਸੰਤੋਖ ਜੋ ਸਾਧ ਰੱਖੇ ਉਹਨੇ ਦੂਜੇ ਨੂੰ ਅਕਲ ਸਕਾਵਣੀ ਕੀ ਮੂਰਖ ਘੜ ਵਿੱਚ ਜਿਹੜਾ ਫਸਾਦ ਰੱਖੇ ਕਿੜੀ ਰਹਿੰਦੀ ਉਹ ਪੰਛੀਆਂ ਫੁੱਲ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਯਾਦ ਰੱਖੇ ਆਪਣੇ ਵਡੇਰਿਆਂ ਦੇ ਪਾਏ ਪੂਰਨਿਆਂ ਨੂੰ ਪੂਰਦੇ ਹੋਏ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਜਿੱਥੇ ਯਾਦ ਕਰ ਰਹੇ ਹਾਂ ਮਹਾਂਪੁਰਸ਼ ਸੰਤ ਬਾਬਾ ਨਰਾਇਣ ਸਿੰਘ ਜੀ ਪ੍ਰਤੀ ਆਪਣੀ ਸ਼ਰਧਾ ਸੰਤ ਬਾਬਾ ਨਰਾਇਣ ਸਿੰਘ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹਨਾਂ ਪ੍ਰਤੀ ਆਪਾਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇਕੱਤਰ ਹੋਏ ਹਾਂ ਭਾਵੇਂ ਬਹੁਤ ਵਾਰ ਇਹ ਸ਼ਬਦ ਬੋਲਿਆ ਨਹੀਂ ਗਿਆ ਹੋਣਾ ਬਾਬਾ ਗੇਜਾ ਸਿੰਘ ਦੀ ਲਿਖੀ ਸਾਖੀ ਔਰ ਸੱਚ ਹੈ ਬਾਬਾ ਨਰਾਇਣ ਸਿੰਘ ਮਹਾਰਾਜ ਨੇ ਦਾਸਰਿਆਂ ਨਾਲ ਸਾਂਝੀ ਕੀਤੀ ਸੀ ਤੇ ਸਿੰਘ ਸਾਹਿਬ ਆਪ ਨਾਲ ਉਹਨਾਂ ਨੇ ਥੋੜੀ ਜਿਹੀ ਗੱਲ ਛੋਈ ਸੀ ਕਿ ਸਾਧ ਨਿਰੇ ਸਾਧ ਹੀ ਨਹੀਂ ਨਿਰੇ ਸ਼ਾਂਤੀ ਨਹੀਂ ਨਿਰੀ ਮਾਲਾ ਹੀ ਨਹੀਂ ਫੇਰਦੇ ਇਹ ਤਲਵਾਰ ਚੱਕਣ ਵੀ ਜਾਣਦੇ ਹੈ ਸ਼ਹੀਦੀਆਂ ਪਾਉਣ ਵੀ ਜਾਣਦੇ ਹੈ ਇਹ ਗੱਲ ਕੱਲੀ ਇਸ ਸਮੇਂ ਨਹੀਂ ਸੰਤ ਬਾਬਾ ਜੰਗ ਸਿੰਘ ਜੀ ਮਹਿਲ ਕਲਾਂ ਵਾਲਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਦਿੱਲੀ ਵਿੱਚ ਜਾ ਕੇ ਬਾਬਾ ਆਨੰਦ ਸਿੰਘ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ ਤੇ ਜਦੋਂ ਗੁਰੂ ਘਰ ਢਾਉਣ ਦੀ ਗੱਲ ਚੱਲੀ ਸੀ ਨਾ ਲਾਹੌਰ ਸ਼ਹੀਦਗੰਜ ਤਾਂ ਉਸ ਸਮੇਂ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨੇ ਵਰਤ ਰੱਖ ਲਿਆ ਕਿਸੇ ਨੂੰ ਰੌਲਾ ਪਾ ਕੇ ਨਹੀਂ ਰੱਖਿਆ ਕਿ ਮੈਂ ਮਰਨ ਵਰਤ ਰੱਖਣਾ ਬਾਬਾ ਜੀ ਨੇ ਵਰਤ ਰੱਖਿਆ ਤੇ ਬਾਬਾ ਜੀ ਨੇ ਐਸਾ ਵਰਤ ਰੱਖਿਆ ਸੰਗਤਾਂ ਵਿੱਚ ਹਲਚਲ ਮੱਚੀ ਹੈ ਤੇ ਸੰਗਤਾਂ ਨੂੰ ਬਾਬਾ ਜੀ ਇਸ਼ਾਰਾ ਕਰ ਦਿੱਤਾ ਕਿ ਸੁਖਮਨੀ ਸਾਹਿਬ ਦੇ ਜਾਪ ਕਰੋ ਤੇ ਇਹ ਵੀ ਇਸ਼ਾਰਾ ਕੀਤਾ ਜੇ ਗੁਰੂ ਘਰ ਹੀ ਸਾਡੇ ਤੋਂ ਖੁੱਸ ਗਏ ਖਾਲਸੇ ਤੋਂ ਗੁਰੂ ਘਰ ਹੀ ਖੁੱਸ ਗਏ ਸਾਡਾ ਜਿਉਣ ਕਦ ਹੈ ਸੁੰਦਰ ਸਿੰਘ ਮਜੀਠੀਏ ਤੇ ਕਿਰਪਾ ਹੋਈ ਜਿਹੜਾ ਬਿਕਰਮ ਸਿੰਘ ਮਜੀਠੀਆ ਇਹਨਾਂ ਦਾ ਵਡੇਰਾ ਸੀ ਸੁੰਦਰ ਸਿੰਘ ਮਜੀਠੀਆ ਸੁੰਦਰ ਸਿੰਘ ਮਜੀਠੀਆ ਵਜ਼ੀਰ ਸੀ ਤੇ ਬਾਬਾ ਜੀ ਦੀ ਕਿਰਪਾ ਸਦਕਾ ਉਹਦੇ ਮਨ ਤੇ ਬਾਸ ਹੋਇਆ ਉਹਨੇ ਐਲਾਨ ਕਰ ਦਿੱਤਾ ਕਹਿੰਦਾ ਕਲੇਰਾਂ ਵਾਲੇ ਬਾਬਾ ਜੀ ਦਾ ਇਹ ਬਚਨ ਹੈ ਤੇ ਦਾਸਰੇ ਦੇ ਹਿਰਦੇ ਤੇ ਇਹ ਗੱਲ ਉਪਜੀ ਹੈ ਕਿ ਜੇ ਸਭ ਤੋਂ ਪਹਿਲਾਂ ਸਿਰ ਲੱਗੂ ਨਾ ਇੱਥੇ ਦਾਸ ਦਾ ਲੱਗੂ ਜੇ ਉਹ ਗੁਰੂ ਘਰ ਆਇਆ ਉਸ ਤੋਂ ਬਾਅਦ ਸਮਾਂ ਆਇਆ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ 1960 ਵਿੱਚ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਸਮੇਂ ਦੀ ਗੱਲ ਹੈ ਪੰਜਾਬੀ ਸੂਬਾ ਬਣਾਉਣ ਲਈ ਸਮੁੱਚੇ ਪੰਜਾਬੀਆਂ ਨੇ
श्रोमणी अकाली दल वालों मोर्चा लाया गया सी ते बहुत लहर जोरां ते होई ते उस समय दा मुख्यमंत्री सी प्रताप सिंह कैरों बड़े अड़ब सुभा दा सी हुण जदों मोर्चा लगना गिरफ्तारियां भी होणियां रौला भी पैणा जदों इह सब कुछ होया तां कुछ इलाके दे संगी लोक ते कुछ अकाली लीडर ओह जा पहुंचे बाबा जी दे कोल ते बाबा जी है श्रीनगर